ਵਾਏ ਵਾਏ, ਰੋਣਾ ਨਹੀਂ ਆ ਭਰਾਵਾ, ਰੋਣਾ ਨਹੀਂ ਆ। ਗਾਲ ਗਾਲ ਪੈ ਗਿਆ ਜਫੀਆਂ। ਚੋਰ 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 ਬੁਲਾ ਲੋ ਗਾਈਸ, ਇੱਥੇ ਕੁਛ ਨਹੀਂ ਹੈਗਾ, ਸਾਰੇ ਜਾਣੇ ਆ ਬੱਚੇ ਨਾ ਜਿਹੜੇ ਚੱਲੇ ਗਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੋਗ 'ਚ, ਆਪਣੇ ਪਿਆਰੇ ਜਨਰੇਸ਼ਨ ਵਲੋਗਸ 'ਤੇ। ਅਤੇ ਅੱਜ ਦਾ ਵਲੋਗ ਆਪਾਂ ਜਿੱਦਾਂ ਕਿ ਦੇਖ ਸਕਦੇ ਹੋ ਕੋਲਜ ਤੋਂ ਹੀ ਸ਼ੁਰੂ ਕਰ ਰਹੇ ਹਾਂ, ਅਤੇ ਸਵੇਰੇ ਸਵੇਰੇ ਕੋਲਜ ਆ ਗਏ ਹੋਏ ਹਾਂ। ਅਤੇ ਕੋਲਜ ਅੱਜ ਆਪਾਂ ਕਾਹਤੋਂ ਆਏ ਹਾਂ, ਟਾਈਮ ਦੇਖ ਸਕਦੇ ਹੋ, ਮੈਂ ਤੁਹਾਨੂੰ ਟਾਈਮ ਦਿਖਾ ਦੇਣਾ, ਇੱਕ ਘੰਟਾ ਪਿੱਛੇ ਕਰ ਲਿਓ, 9:10 ਇਟ ਮੀਨਸ 8:10 ਹੋਏ ਆ। ਅਤੇ ਕੋਲਜ ਆਪਾਂ ਆਏ ਹਾਂ ਪੇਪਰ ਦੇਣ, ਕਰੋ ਚੈੱਕ ਕਿ ਉਹਨੇ ਕਿੱਥੇ ਬਹਿਣਾ, ਪੂਰਾ ਸ਼ਡਿਊਲ ਬਣਿਆ ਹੋਇਆ ਵਾ। ਅਤੇ ਉਹ ਬੈਠੇ ਅਮਰਦੀਪ ਹੁਣੀ ਸਾਰੇ ਅੰਦਰ, ਅੱਜ ਆਪਣਾ ਹੈਗਾ ਲਾਸਟ ਐਗਜ਼ਾਮ ਜੋ ਕਿ ਆ 61 ਦਾ, ਆਪਣੇ ਸਮੈਸਟਰ ਦਾ ਲਾਸਟ ਐਗਜ਼ਾਮ ਅੱਜ। ਅਤੇ ਦੇਖੋ ਕਿੱਦਾਂ ਹੁੰਦਾ, ਬਾਕੀ ਤਾਂ ਸਾਰੇ ਸਹੀ ਹੋ ਗਏ, ਬਸ ਥੋੜ੍ਹਾ ਜਿਹਾ ਕਮਿਸਟਰੀ ਦਾ ਥੋੜ੍ਹਾ ਆਪਣਾ ਗਲਤ ਹੋਇਆ ਸੀ, ਬਾਕੀ ਸਾਰੇ ਐਗਜ਼ਾਮ ਆਪਣੇ ਵਧੀਆ ਹੋ ਗਏ ਆ। ਅਤੇ ਹੁਣ ਬਸ ਆਹ ਵਾਲੇ ਐਗਜ਼ਾਮ ਦੀ ਵੇਟ ਹੈ ਕਿੱਦਾਂ ਦਾ ਹੁੰਦਾ, ਅਤੇ ਫਿਰ ਦੇਖਦੇ ਹਾਂ ਪਾਸ ਹੁੰਦੇ ਸਮੈਸਟਰ ਕੀ ਨਹੀਂ, ਉਹ ਡਿਪੈਂਡ ਕਰਦਾ ਹੁਣ ਟੀਚਰਸ 'ਤੇ ਅਤੇ ਆਪਣੇ 'ਤੇ ਵੀ ਥੋੜ੍ਹਾ ਜਿਹਾ। ਚਲੋ ਚਲੀਏ ਫਿਰ, ਆਇਓ। ਉਹ ਵੀ ਮੇਰੇ ਵੀਰੋ ਪੇਪਰ ਦੇਤਾ ਵਾ, ਬੋਧੇ ਕਿੱਥੇ ਚੱਲ ਗਿਆ ਵਾ, ਕੀ ਦੱਸੀ ਹੁਣ, ਮਜਬੂਰੀਆਂ ਮਜਬੂਰੀਆਂ, ਜਾਣਾ ਹੀ ਪੈਂਦਾ ਕਿਤੇ ਨਾ ਕਿਤੇ। ਉਹ ਵੀ ਮੇਰੇ ਵੀਰੋ ਚੱਲੇ ਸੀ ਘਰ ਨੂੰ, ਤੇ ਕਹਿੰਦੇ ਅੱਜ ਮੁੰਡਿਆਂ ਦਾ ਹੈਗਾ ਸੀ ਆਖਰੀ ਪੇਪਰ ਸਮੈਸਟਰ ਦਾ, 4 ਮਹੀਨੇ ਟੋਟਲ ਆਪਾਂ ਨੂੰ ਹੋ ਗਏ ਆ ਇੱਥੇ ਆਇਆਂ ਨੂੰ, 4 ਤੋਂ ਵੱਧ ਹੀ ਹੋ ਗਏ ਆ, 4.5 ਮਹੀਨੇ ਹੋ ਗਏ ਤੇ ਸਮੈਸਟਰ ਮੁੱਕਣ ਤੇ ਆ ਗਿਆ, ਆ ਹੀ ਨਹੀਂ ਗਿਆ ਉਹ, ਮੁੱਕ ਹੀ ਗਿਆ ਵਾ। ਲੱਗਦਾ ਸੋਢੀ ਤੋਂ ਪੁੱਛੀਏ ਪਹਿਲਾਂ, ਇੱਕ ਸਮੈਸਟਰ ਹੋ ਗਿਆ ਵਾ, ਕਿਦਾਂ ਦਾ ਲੱਗਾ ਦਾ ਤੈਨੂੰ? ਹੈਂ ਬਹੁਤ ਵਧੀਆ, ਮਾਲ ਸਾਹਿਬ ਨੂੰ ਪੁੱਛੀਏ, ਟੈਨਸ਼ਨ ਫ੍ਰੀ ਹੋ ਗਈ ਜੀ, ਅੱਗੇ ਕਿੰਨੀ ਕੁ ਟੈਨਸ਼ਨ। ਮਾਲ ਸਾਹਿਬ ਤੁਸੀਂ ਦੱਸੋ ਕਿਦਾਂ ਦਾ ਲੱਗਣ ਦਿਆ ਜੀ ਤੁਹਾਡਾ ਸਮੈਸਟਰ? ਮੁੱਕ ਗਿਆ ਵਾ ਸਮੈਸਟਰ, ਅਜੇ ਇੱਕ ਹੀ ਮੁੱਕਾ ਬਾਕੀ ਤੇ ਹੋਈ। ਨਹੀਂ ਫੇਰ ਵੀ ਇੱਕ ਸਮੈਸਟਰ ਮੁੱਕ ਗਿਆ, ਇੱਕ ਪੌੜੀ ਦਾ ਇੱਕ ਸਟੈਪ ਤੁਸੀਂ ਚੜ੍ਹ ਲਿਆ ਵਾ, ਕਿਦਾਂ ਦਾ ਲੱਗਣ ਦਾ ਤੁਹਾਨੂੰ? ਥੱਲੇ ਨੀ ਉਤਰਨਾ ਪੈਣਾ? ਉਹ ਲੈ ਬਾਈਕ ਵਾਲੇ ਨੂੰ ਇਹ ਰੇਲ ਬਣਾਉਂਦਾ, ਕੂਲ ਮੈਨ ਕੂਲ। ਲਓ ਵੀ ਮੇਰੇ ਵੀਰੋ ਕਹਿੰਦੇ ਅਲਵਿਦਾ, ਅਲਵਿਦਾ, ਮਿਲਾਂਗੇ ਹੁਣ ਅਗਲੇ ਸਮੈਸਟਰ ਚ, ਮੁੰਡਾ ਚੱਲ ਚੱਲਾ ਛੱਡ ਕੇ ਸਾਥ, ਹੁਣ ਪੱਕਾ ਚੱਲ ਚੱਲਾ। ਕਹਿੰਦੇ ਬਹੁਤ ਵੈਲੀ ਕਾਲਜ ਲੈ ਲਿਆ ਮੁੰਡੇ ਨੇ। ਹੈਂ ਚੰਗਾ ਯਾਰ, ਤੁਸੀਂ ਵੀ ਚੱਲੇ ਜੇ? ਮੈਂ ਹਰ ਵਲੌਗ 'ਚ ਜਾਂਦਾ ਕਿਤੇ ਨਾ ਕਿਤੇ, ਕਹਿਣਾ ਇਹ ਜਦੋਂ ਸੱਚੀ ਜਾਣਾ ਉਹਨਾਂ ਨੇ ਕਹਿਣਾ ਐਵੇਂ ਲੱਗੇ ਆ, ਇਹ ਨਹੀਂ ਜਾਂਦਾ ਜਿਉਂਦਾ ਕਿਤੇ ਵੀ। ਹੋਰ ਕੀ, ਉਹ ਵੀਰ ਭਰਾਵਾ ਨੀਲਾ ਬੂਝਾ
ਉੱਠ ਲਾ ਲਈ ਚੱਲ ਚਲੋ ਚੱਲੀਏ ਛੱਡ ਕੇ ਆਈਏ ਵੀਰਾਂ ਨੂੰ ਵੀਰ ਨੂੰ ਛੱਡ ਕੇ ਆਈਏ ਦੋਵਾਂ ਨੂੰ ਭਰਾਵਾਂ ਨੂੰ ਇੱਕ ਦਿਨ ਨੀ ਆਉਂਦੇ ਫਿਰ ਚੱਲ ਜਾਂਦੇ ਪਤਾ ਨੀ ਕਿਥੇ ਕਿਥੇ ਉੱਠੋ ਯਾਰ ਹੈਂ ਤੇ ਜੇ ਨਾ ਆਇਆ ਮੇਰੇ ਵੀਰੋ ਤੁਰੇ ਜਾਂਦੇ ਮੁੰਡੇ ਕੀ ਹੋ ਗਿਆ ਜੀ ਕੀ ਹੋ ਗਿਆ ਵਾ ਤੈਨੂੰ ਪਤਾ ਨੀ ਕੀ ਗੱਲ ਹੋ ਗਈ ਜੀ ਜਸਕਿਰਤ ਵੇਖਣਾ ਹੀ ਭਰਾਵਾ ਆ ਗਿਆ ਸੋਢੀ ਕਹਿੰਦੇ ਚਾਹ ਹੀ ਬੜਾ ਸੋਢੀ ਨੂੰ ਮਾਲ ਸਾਹਿਬ ਚੱਲੇ ਕਹਿੰਦੇ ਚਾਹ ਹੀ ਬੜਾ ਖੁਸ਼ੀ ਵੇਖੋ ਮੂੰਹ ਦੇ ਉਹ ਗੱਡੀ ਚੈੱਕ ਕਰੋ ਯਾਰ ਗੱਡੀ ਬੜੀ ਘੈਂਟ ਲੱਗੀ ਜੇ ਕਰੋ ਗੱਲ ਹਾਂਜੀ ਕਿੱਥੇ ਗਏ ਮਾਲ ਸਾਹਿਬ ਮਾਲ ਸਾਹਿਬ ਗਰ ਗਲ ਪੈ ਗਈਆਂ ਜਫੀਆਂ 110 ਦੀ ਕਹਿੰਦੇ ਸਾਰੇ ਇੱਥੋਂ ਬੁਲਾ ਲਓ ਗਾਈਸ ਇੱਥੇ ਕੁਛ ਨਹੀਂ ਹੈਗਾ ਸਾਰੇ ਜਾਣੇ ਆ ਬੱਚੇ ਨਾ ਜਿਹੜੇ ਚੱਲੇ ਛੱਡ ਕੇ ਜੇ ਇੱਥੇ ਕੁਛ ਹੋਵੇ ਤਾਂ ਲੋਕਾਂ ਨੂੰ ਜਾਣ ਦੀ ਕੀ ਲੋੜ ਪਵੇ ਹਨਾ ਜੋਬ ਚੂਜ਼ ਦਾ ਔਖਾ ਹੀ ਆ ਓਕੇ ਮੇਰੇ ਬ੍ਰੋ ਚੱਲੇ ਜੇ ਬੱਸ ਕਿਹੜਾ ਤੁਰ ਪਰ ਚੱਲੀ ਹਜੇ ਕਿਹੜੀ ਚੱਲ ਜੀ ਹਜੇ ਬੱਸ ਓ ਜਾਂਦੇ ਨੀ ਜੀ ਹੁਣ ਹਾਥੀ ਬਣਾਈ ਜਾਂਦਾ ਜਾਣ ਨੂੰ ਜੀ ਨਹੀਂ ਕਰਦਾ ਇਹਦਾ ਜਾਣਾ ਪੈਣਾ ਹੁਣ 114 ਲਾਏ ਆ ਚਲੋ ਠੀਕ ਆ ਧਿਆਨ ਆ ਜਾਇਓ ਕਿਹੜੀ ਸੀਟ ਤੇ ਬਹਿਣ ਲੱਗੇ ਆ ਆ ਅੰਦਰੋਂ ਵੇਖੀ ਤਾਂ ਸਹੀ ਕਿਦਾਂ ਦੀ ਆ ਇੱਕ ਵਾਰ ਇੱਦਾਂ ਦੀ ਭੀੜ ਬੜੀ ਕਾਲੀ ਆ ਸਮੈਲ ਬੜੀ ਗੰਦੀ ਆਉਂਦੀ ਅੰਦਰੋਂ ਚੰਗਾ ਚਲੋ ਭਰਾਓ ਖਿਆਲ ਰੱਖਿਓ ਸਾਰੇ ਜਣੇ ਆਪਣਾ ਚੰਗਾ ਵੀਰ ਜੀ ਬਾਏ ਬਾਏ ਰੋਣਾ ਨਹੀਂ ਆ ਭਰਾਵਾ ਰੋਣਾ ਨਹੀਂ ਆ ਕੀ ਗੱਲ ਹੋ ਗਈ ਆ ਰੋਣ ਕਿਉਂ ਲੱਗ ਗਿਆ ਵਾ ਕੈਲਗਰੀ ਆ 700 ਕਿਲੋਮੀਟਰ ਕੁਛ ਨੀ ਹੋਇਆ ਬਸ ਫੜ ਕੇ ਅਸੀਂ ਵੀ ਆ ਜਾਣਾ ਹੁਣੇ ਬਹੁ ਭਾਵੇਂ ਨਾਲ ਹੀ ਬਹਿ ਜਾਂਦੇ ਉਹ ਵੀ ਮੇਰੇ ਵੀਰੋ ਭਰਾਵਾਂ ਨੂੰ ਤੋਰ ਕੇ ਤੇ ਆ ਗਏ ਆ ਉਹਨਾਂ ਨੂੰ ਤੋਰਨ ਦੀ ਖੁਸ਼ੀ 'ਚ ਬਿਸਕੁਟ ਲੈ ਆਉਂਦੇ ਆ ਕਹਿੰਦੇ ਹੁਣ ਚਾਹ ਬਣਾਵਾਂਗੇ ਤੇ ਨਾਲ ਬਿਸਕੁਟ ਖਾਵਾਂਗੇ ਤੇ ਮੌਸਮ ਅੱਜ ਦਾ ਬਹੁਤ ਹੀ ਵਧੀਆ ਹੋਇਆ ਪਿਆ ਕਹਿੰਦੇ ਸਹੀ ਆ ਮੌਸਮ ਪੂਰਾ ਨਾ ਠੰਡ ਆ ਤੇ ਨਾ ਗਰਮੀ ਆ ਓਕੇ ਆ ਨਿਊਟਰਲ ਜਿਹਾ ਮੌਸਮ ਆ ਸਹੀ ਆ ਤੇ ਚਲੋ ਹੁਣ ਚੱਲੀਏ ਤੇ ਫਿਰ ਕਰਦੇ ਘਰ ਜਾ ਕੇ ਗੱਲ ਤੁਹਾਡੇ ਨਾਲ ਲੋ ਵੀ ਗਾਈਸ ਗੁਰਦਾਸਪੁਰੀਏ ਆਏ ਨੇ ਗੁਰਦਾਸਪੁਰੀਏ ਓ ਬਦਮਾਸ਼ ਭਾਜੀ ਕੀ ਹਾਲ ਨੇ ਤੁਹਾਡੇ ਹੈਂ ਉਹ ਵੀ ਮੇਰੇ ਵੀਰੋ ਕਹਿੰਦੇ ਆ ਗਏ ਸਾਹਿਲ ਨੂੰ ਆਪਾਂ ਲੈ ਕੇ ਚੱਲੇ ਹੁਣ ਸਾਹਿਲ ਨੂੰ ਸਨੋ ਪੁਆਇੰਟ ਹੁਣ ਦੋ ਤਿੰਨ ਵਲੌਗਾਂ ਦਾ ਮੇਨ ਕਰੈਕਟਰ ਸਾਹਿਲ ਹੀ ਰਹੂਗਾ ਠੰਡ ਲੱਗਣ ਦੀ ਆ ਭਰਾਵਾ ਜੈਕਟ ਪਾ ਆ ਮਜ਼ਾਕ ਨਹੀਂ ਆ ਸਨਾਏ ਪੁਆਇੰਟ ਤੇ ਲੋ ਵੀ ਮੇਰੇ ਵੀਰੋ ਕਹਿੰਦੇ ਮੁੰਡੇ ਆ ਗਏ ਵਾਪਸ ਉੱਥੇ ਹੀ ਜਗ੍ਹਾ ਤੇ ਜਿੱਥੇ ਕਹਿੰਦੇ ਅਰੋਰਾ ਵੇਖਣ ਆਏ ਸੀ ਕਿਹੜੀ ਜਗ੍ਹਾ ਸੀ ਉਹ ਨਾਰਦਰਨ ਲਾਈਟਸ ਵੇਖਣ ਆਏ ਸੀ ਜਿੱਥੇ ਉੱਥੇ ਆ ਗਏ ਕਹਿੰਦੇ ਬੈਟ ਬਾਲ ਦਾ ਮੈਚ ਪੈ ਗਿਆ ਚਾਚਾ ਸੋਢੀ ਇੱਧਰ ਆ ਘਰੇ ਗੱਲ ਕਰਨ ਦਾ ਮੁੰਡਾ ਤਾਂ ਕਰਕੇ ਬਿਜ਼ੀ ਥੋੜ੍ਹਾ ਜਿਹਾ ਲਾਉਣ ਲੱਗੀ ਕਹਿੰਦੇ ਸਾਡੀ ਆ ਗਈ ਆ ਬਾਬਾ ਬੈਟਰ ਆ ਗਿਆ ਕਰੋ ਚੈੱਕ ਸ਼ਾਟ ਹੁਣ ਸ਼ਾਟ ਵੇਖੀ ਲੱਗਦਾ ਸ਼ਾਟ ਲੱਗੂ ਪੂਰਾ ਸਿਰੇ ਆ ਹੋਵੇ ਆ ਗਈ ਆ ਆ ਗਈ ਕਿੱਧਰ ਬੋਲ ਆਉਂਦੀ ਆ
ਕੀ ਗੱਲ ਆ? ਕੀ ਗੱਲ ਹੋਈ ਬਾਮਣ? ਓਏ ਪੂਰੀ ਕੋਸ਼ਿਸ਼ ਆ, ਕਹਿੰਦੇ ਹੁਣ ਜਿੱਤਣਾ ਮੁੰਡਿਆਂ ਨੇ, ਲੱਤ ਗਿਆ ਜੈਕਟਾਂ ਉਹ ਸੋਡੀ ਫਾਈਟ, ਕਹਿੰਦੇ ਮੁੰਡਿਆਂ ਨੇ ਪੂਰੀ ਲੈਣੀ ਡਟ ਕੇ, ਜਿੱਤ ਕੇ ਰਹਿਣਾ ਕਹਿੰਦੇ ਅੱਜ, ਜਿੱਤ ਕੇ ਘਰ ਜਾਣਾ, ਜਿੱਤ ਕੇ ਉੱਧਰ ਜਾਣਾ ਨੀ ਘਰ, ਜਿੱਤ ਕੇ ਜਾਵਾਂਗੇ ਜੇ ਜਿੱਤੇ। ਇੰਨੀ ਜਿਹੜੀ ਗੱਲ ਆ, ਚੱਲ ਆ ਵੀਰ ਨੂੰ ਪੁੱਛੀਏ। ਹੋਰ ਫਿਰ ਸਾਹਿਲ ਕਿੱਦਾਂ ਲੱਗਾ ਪਹਿਲਾ ਦਿਨ ਕੈਨੇਡਾ ਦਾ? ਸਫ਼ਰ ਕਿੱਦਾਂ ਰਿਹਾ ਸੀ? ਸਫ਼ਰ ਤੇ ਠੀਕ ਠਾਕ ਜਿਹਾ ਰਿਹਾ ਸੀ, ਜਹਾਜ਼ ਚੌਖਾ ਹੀ ਰਹੇ ਕੰਮ। ਅੱਛਾ, ਸੁੱਤਾ ਸੁੱਤਾ ਨੀ? ਸੁੱਤਾ ਤੇ ਰਿਹਾ ਪਰ ਨੀਂਦ ਜੀ ਨੀ ਆਈ। ਤੇ ਕਿਵੇਂ ਦਾ ਲੱਗਾ ਫਿਰ ਆ ਕੇ, ਮਤਲਬ ਜਦੋਂ ਆਇਆ ਵਾ ਪਹਿਲੇ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ, ਕੀ ਫੀਲ ਹੋਇਆ ਫਿਰ? ਵਧੀਆ ਫੀਲ ਹੋਇਆ ਬਹੁਤ। ਉਹ ਵੀ ਮੇਰੇ ਵੀਰੋ ਕਹਿੰਦੇ ਘਰ ਆਏ ਤੇ ਬਾਰੀ ਖੁੱਲੀ ਛੱਡ ਗਈ, ਛੇਤੀ ਆਓ, ਕੀ ਕਰੀਏ ਹੁਣ ਇਹਨਾਂ ਦਾ। ਹੈਂ ਆਇਓ, ਡਰ ਲੱਗਦਾ ਭਰਾਵਾ ਇਕੱਲੇ ਜਾਣ, ਜਿੱਦਾਂ ਕੰਮ ਇਹਨਾਂ ਦੇ ਪੁੱਠੇ ਹੀ ਆ ਵੈਸੇ, ਇੰਨਾ ਹਿਸਾਬ ਮਿਲਾ ਲਿਆ, ਬਾਰੀਆਂ ਖੋਲ ਲੈਂਦੇ ਬਾਅਦ ਚੋਂ ਬੰਦ ਨਹੀਂ ਕਰਦੇ। ਚਲੋ ਕੋਈ ਨਹੀਂ, ਹੁਣ ਜੇ ਕੋਈ ਲੱਗਦਾ ਤਾਂ ਨਹੀਂ, ਕੀ ਨੁਕਸਾਨ ਹੋਣਾ ਆਪਣਾ ਉੱਥੇ, ਇਹ ਇਹਨਾਂ ਦੇ ਕੋਈ ਚੱਕਰ ਨਹੀਂ ਆ। ਬਟ ਫਿਰ ਵੀ ਜਿਹੜੇ ਮੇਰੇ ਵੀਰ ਗਰਾਊਂਡ ਫਲੋਰ 'ਤੇ ਰਹਿੰਦੇ, ਥੋੜ੍ਹਾ ਧਿਆਨ ਰੱਖਿਆ ਕਰੋ, ਸਾਡੇ ਕੋਲ ਹੋ ਗਈ ਜੇ ਗਲਤੀ, ਆਪਾਂ ਤਾਂ ਚੱਲ ਗਲਤੀ ਹੁਣ ਭੁਗਤ ਦਾਂਗੇ ਜੇ ਤਾਂ ਕੁਛ ਮਾਨਸੂਨ ਵੈਸੇ ਚੱਕਿਆ ਚੁੱਕਿਆ ਤਾਂ ਕੀ ਜਾਣਾ, ਸਾਡੇ ਕੋਲ ਹੈ ਵੀ ਕੀ ਆ, ਵੈਸੇ ਗੱਲ ਹੁੰਦੀ ਆ ਸੇਫਟੀ ਰੱਖੀ ਦੀ ਹੁੰਦੀ, ਬਟ ਆਪਾਂ ਸੇਫਟੀ ਰੱਖੀ ਨਹੀਂ। ਖਲਾਰਾ ਬਹੁਤ ਜ਼ਿਆਦਾ ਪਿਆ ਹੋਇਆ, ਚੋਰ 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 ਚੋਰ।